ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵੀਡੀਓ ਬੜੀ ਡਿਸਟਰਬਿੰਗ ਵੀਡੀਓ ਹਰ ਸਿੱਖ ਵਾਸਤੇ ਇੱਕ ਆਈ ਹੈਗੀ ਹੈ ਰੀਸੈਂਟਲੀ, ਜਿਹਦੇ ਵਿੱਚ ਇੱਕ ਝੋਲੀ ਚੁੱਕ ਕਿਸਮ ਦੇ ਬੰਦੇ ਨੇ ਜਿਹੜਾ ਰਾਜੀਵ ਗਾਂਧੀ ਦੇ ਬੁੱਤ ਦੇ ਉੱਤੇ ਕੁਛ ਆਗੂਆਂ ਵੱਲੋਂ ਕਾਲਕ ਪੋਥੀ ਗਈ ਸੀਗੀ, ਉਹਨੂੰ ਸਾਫ਼ ਉਹਨੇ ਆਪਣੀ ਦਸਤਾਰ ਦੇ ਨਾਲ ਕੀਤਾ ਹੈਗਾ। ਇਹ ਵੀਡੀਓ ਬੜੀ ਡਿਸਟਰਬਿੰਗ ਹੈਗੀ ਹੈ ਹਰ ਸਿੱਖ ਵਾਸਤੇ, ਔਰ ਈਵਨ ਜਿਹੜੇ ਨੌਨ ਸਿੱਖ ਵੀ ਹੈਗੇ ਆ ਜਿਹੜੇ ਸਿੱਖਾਂ ਦਾ ਸਤਿਕਾਰ ਕਰਦੇ ਆ, ਸਿੱਖਾਂ ਦੀ ਦਸਤਾਰ ਦਾ ਸਤਿਕਾਰ ਕਰਦੇ ਆ, ਉਹ ਵੀ ਬਹੁਤ ਡਿਸਟਰਬ ਹੋਏ ਹੈਗੇ ਇਹ ਵੀਡੀਓ ਦੇਖ ਕੇ। ਔਰ ਜਿੱਥੇ ਪਤਾ ਚੱਲਿਆ ਹੈਗਾ ਕਿ ਇਹ ਮੰਡ ਪਿੰਡ ਦਾ ਹੈਗਾ, ਬਠਿੰਡੇ ਦਾ ਇਹ ਬੰਦਾ ਹੈਗਾ ਮੰਡ ਪਿੰਡ ਦਾ, ਔਰ ਇਹਨੇ ਜੋ ਇਹ ਬਹੁਤ ਹੀ ਘਟੀਆ ਤੇ ਨੀਚ ਹਰਕਤ ਕੀਤੀ ਹੈਗੀ ਹੈ ਕਿ ਜਿਹੜਾ ਦਸਤਾਰ ਹੁੰਦੀ ਹੈ ਇਹ ਦਸ਼ਮੇਸ਼ ਪਿਤਾ ਜੀ ਦੀ ਇੱਕ ਬਖਸ਼ਿਸ਼ ਹੈਗੀ ਹੈ ਹਰ ਸਿੱਖ ਦੇ ਉੱਤੇ, ਜਿਹਦੇ ਕਰਕੇ ਇਹ ਮਾਣ ਹੈਗਾ ਜਿਹੜਾ ਹਰ ਸਿੱਖ ਦੇ ਸਿਰ ਦੇ ਉੱਤੇ ਹੁੰਦਾ ਹੈ। ਔਰ ਅੱਜ ਜਿਹੜਾ ਇਹ ਸ਼ਹੀਦੀਆਂ ਦਾ ਹਫ਼ਤਾ ਚੱਲ ਰਿਹਾ ਹੈਗਾ, ਇਹ ਸ਼ਹੀਦੀਆਂ ਜਿਹੜੀਆਂ ਸਾਹਿਬਜ਼ਾਦਿਆਂ ਨੇ ਕੀਤੀਆਂ ਹੈਗੀਆਂ, ਜਿਹਦੇ ਕਰਕੇ ਅੱਜ ਅਸੀਂ ਇਹ ਦਸਤਾਰ ਪਾ ਰਹੇ ਹਾਂ। ਇਸ ਦਸਤਾਰ ਦੇ ਨਾਲ ਬਹੁਤ ਸਾਰਾ ਸਿੱਖ ਇਤਿਹਾਸ ਜਿਹੜਾ ਹੈਗਾ ਇਸ ਦਸਤਾਰ ਨਾਲ ਜੁੜਿਆ। ਇਸ ਦਸਤਾਰ ਦਾ ਸਤਿਕਾਰ ਕਰਨਾ ਹਰ ਸਿੱਖ ਦਾ ਫਰਜ਼ ਹੈ, ਈਵਨ ਜਿਹੜਾ ਨੌਨ ਸਿੱਖ ਵੀ ਹੈਗਾ ਭਾਰਤ ਦੇ ਵਿੱਚ ਐਸਪੈਸ਼ਲੀ, ਉਹਨਾਂ ਨੂੰ ਤਾਂ ਦਸਕਾਰ ਦਾ ਉਹਨਾਂ ਨੂੰ ਵੀ ਸਤਿਕਾਰ ਕਰਨਾ ਚਾਹੀਦਾ, ਕਿਉਂਕਿ ਇਹਨਾਂ ਦਸਤਾਰਾਂ ਕਰਕੇ ਹੀ ਅੱਜ ਜੇ ਹਿੰਦੁਸਤਾਨ ਦੇ ਵਿੱਚ ਹਿੰਦੂ ਧਰਮ ਬਚਿਆ ਤੇ ਇਹਨਾਂ ਦਸਤਾਰਾਂ ਕਰਕੇ ਬਚਿਆ, ਕਿਉਂਕਿ ਜਿਹੜੇ ਨੌਵੇਂ ਪਾਤਸ਼ਾਹ ਜੀ ਨੇ ਆਪਣਾ ਸੀਸ ਦਿੱਤਾ, ਦਸ਼ਮੇਸ਼ ਪਿਤਾ ਜੀ ਨੇ ਸਰਬੰਸ ਵਾਰਿਆ, ਤੇ ਸਾਡੇ ਜਿਹੜੇ ਫੌਜੀ ਭਰਾ ਜਿਹੜੇ ਬਾਰਡਰ ਤੇ ਲੱਗੇ ਹੋਏ ਆ ਉਹ ਵੀ ਇਹ ਦਸਤਾਰ ਪਾ ਕੇ ਹੀ ਦਸਤਾਰ ਸਜਾ ਕੇ ਇਸ ਦੇਸ਼ ਦੀ ਰੱਖਿਆ ਕਰ ਰਹੇ ਹੈਗੇ। ਤੇ ਇੱਕ ਬੜੀ ਹੀ ਘਟੀਆ ਹਰਕਤ ਜਿਹੜੀ ਹੈ ਇਸ ਕਾਂਗਰਸੀ ਆਗੂ ਨੇ ਕੀਤੀ ਹੈਗੀ ਆ, ਤੇ ਔਰ ਇਸ ਨੂੰ ਅੱਜ ਇੱਕ ਦਿਨ ਹੋ ਗਿਆ, ਇਸ 24 ਘੰਟੇ ਦੇ ਉੱਤੇ ਹੋ ਗਿਆ ਇਸ ਗੱਲ ਨੂੰ, ਔਰ ਇਹਨੂੰ ਬਿਲਕੁਲ ਇਹਦੀ ਮੈਂ ਕਾਫੀ ਵੀਡੀਓ ਦੇਖੀ ਆ ਸੋਸ਼ਲ ਮੀਡੀਆ ਦੇ ਉੱਤੇ, ਜਿਹਦੇ ਵਿੱਚ ਕਈ ਵੱਖ ਵੱਖ ਚੈਨਲ ਉਸ ਤੋਂ ਪੁੱਛਦੇ ਪਏ ਹੈਗੇ ਕਿ ਉਹਨੂੰ ਇਸ ਗੱਲ ਦਾ ਕੋਈ ਪਛਤਾਵਾ ਹੈਗਾ। ਉਹਨੂੰ ਕਿਤੇ ਵੀ ਇਸ ਗੱਲ ਦਾ ਕੋਈ ਪਛਤਾਵਾ ਨਹੀਂ ਹੈਗਾ, ਔਰ ਉਲਟਾ ਉਹਨੂੰ ਬੜੀ ਦਲੇਰੀ ਮਹਿਸੂਸ ਹੋ ਰਹੀ ਹੈ। ਔਰ ਇਹਦੇ ਵਿੱਚ ਉਹ ਨਾਲ ਇਹ ਵੀ ਕਹਿ ਰਿਹਾ ਕਿ ਜਿਹੜਾ ਸਾਡਾ MP ਹੈਗੇ ਰਵਨੀਤ ਸਿੰਘ ਬਿੱਟੂ ਜੀ, ਉਹਨਾਂ ਨੇ ਮੈਨੂੰ 5 ਵਾਰੀ ਫੋਨ ਕਰਕੇ ਵਧਾਈ ਦਿੱਤੀ ਹੈ ਵੀ ਤੂੰ ਖਜ਼ਾਨਾ ਲੁੱਟ ਲਿਆ ਹੈਗਾ, ਤੇ ਇਹ ਬੜੀ ਹੀ ਘਟੀਆ ਗੱਲ ਉਹਨਾਂ ਕਾਂਗਰਸੀ ਸਿੱਖਾਂ ਵਾਸਤੇ ਵੀ ਹੈਗੀ ਹੈ ਜਿਹੜੇ ਕਿ ਇਸ ਗੱਲ ਨੂੰ ਐਪਰੀਸ਼ੀਏਟ ਕਰ ਰਹੇ ਹੈਗੇ। ਜੇ ਵਾਕਈ ਕਿਸੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਜਾਂ ਪਿਆਰ ਰੱਖਣ ਵਾਲੇ ਜਿਹੜੇ ਕੁਛ ਹੋ ਸਕਦੇ ਆ, ਕੋਈ ਅਜਿਹੇ ਸਿੱਖ ਵੀ ਉਹਨਾਂ ਪਾਰਟੀਆਂ ਦੇ ਵਿੱਚ ਹੈਗੇ ਆ, ਉਹਨਾਂ ਨੂੰ ਦਸਤਾਰ ਦੇ ਪ੍ਰਤੀ ਜੇ ਥੋੜਾ ਜਿਹਾ ਵੀ ਅਦਬ ਸਤਿਕਾਰ ਹੈਗਾ ਤੇ ਇਸ ਬੰਦੇ ਨੂੰ ਪਾਰਟੀ ਚੋਂ ਵਿੱਚੋਂ ਕੱਢਣਾ ਚਾਹੀਦਾ ਹੈ ਜਾਂ ਫਿਰ ਉਸ ਤੋਂ ਮਾਫ਼ੀ ਮੰਗਵਾਉਣੀ ਚਾਹੀਦੀ। ਉਹਨੇ ਇੱਕ ਬੜੀ ਘਟੀਆ ਹਰਕਤ ਕੀਤੀ ਹੈਗੀ ਆ। ਔਰ ਜਿਹੜੇ ਸਾਡੇ ਮੰਡ ਪਿੰਡ ਹੈਗਾ, ਮੰਡ ਪਿੰਡ ਚੋਂ ਬੜੇ ਸ਼ਹੀਦ ਨਿਕਲੇ ਹੈਗੇ, ਬਹੁਤ ਹੀ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ, ਬੜੀਆਂ ਘਾਲਣਾ ਖਾਲੀਆਂ। ਮੈਂ ਉਸ ਪਿੰਡ ਦੇ ਲੋਕਾਂ ਨੂੰ ਵੀ ਕਹੂੰਗਾ ਕਿ ਇਸ ਬੇਵਕੂਫ ਦੇ ਮੂੰਹ ਤੇ ਛਿੱਤਰ ਮਾਰ ਕੇ ਮੂੰਹ ਕਾਲਾ ਕਰਕੇ ਇਹਨੂੰ ਗਧੇ ਤੇ ਬਿਠਾ ਕੇ ਪੂਰੇ ਪਿੰਡ ਦੇ ਵਿੱਚ ਘੁਮਾਣ, ਤਾਂ ਕਿ ਉਹਨੂੰ ਪਤਾ ਚੱਲੇ ਕਿ ਉਹਨੇ ਕਿੰਨੀ ਘਟੀਆ ਹਰਕਤ ਕੀਤੀ ਹੈ। ਤੇ ਜਿਹੜੇ ਸਾਡੇ ਜਥੇਦਾਰ ਸਾਹਿਬਾਨ ਹੈਗੇ ਆ ਉਹ ਵੀ ਇਹਨੂੰ ਤਲਬ ਕਰਨ, ਔਰ ਇਹਨੂੰ 5 ਸਿੰਘ ਜਿਹੜੇ ਸਾਡੇ ਹੈਗੇ ਆ ਉਹ ਇਹਨੂੰ ਤਲਬ ਕਰਨ, ਔਰ ਇਹਨੂੰ ਦੱਸਣ ਕਿ ਦਸਤਾਰ ਦੀ ਮਰਿਆਦਾ ਕੀ ਹੁੰਦੀ ਹੈਗੀ ਹੈ, ਕਿਉਂਕਿ ਇਹਨੂੰ ਹਲੇ ਤੱਕ ਨੀ ਸਮਝ ਆ ਰਹੀ ਕਿ ਇਹਨੇ ਗਲਤ ਕੰਮ ਕੀਤਾ। ਤੁਸੀਂ ਇਹਦੇ ਚੈਨਲਾਂ ਦੇ ਉੱਤੇ ਦੇਖੋ, ਇਹਦਾ ਬੜਾ ਮਾਣ ਮਹਿਸੂਸ ਕਰ ਰਿਹਾ, ਤੇ ਇਹ ਸਿੱਖ ਤਾਂ ਕਿਸੇ ਐਂਗਲ ਤੋਂ ਬਿਲਕੁਲ ਨੀ ਹੈਗਾ, ਔਰ ਆਪਣੇ ਆਪ ਨੂੰ ਅੰਮ੍ਰਿਤਧਾਰੀ ਸਿੱਖ ਕਹਿ ਰਿਹਾ ਹੈਗਾ, ਤੇ ਬੜੀ ਘਟੀਆ ਤੇ ਹੋਛੀ ਹਰਕਤ ਹੈਗੀ ਹੈ। ਔਰ ਮੈਂ ਜਿੰਨੇ ਵੀ ਕਾਂਗਰਸ ਨਾਲ ਸੰਬੰਧਿਤ ਲੋਕ ਹੈਗੇ ਆ ਉਹਨਾਂ ਨੂੰ ਮੈਂ ਕਹਾਂਗਾ ਕਿ ਇਸ ਬੇਵਕੂਫ ਨੂੰ ਆਪਣੀ ਪਾਰਟੀ ਦੇ ਵਿੱਚੋਂ ਕੱਢਿਆ ਜਾਵੇ ਜਾਂ ਫਿਰ ਇਸ ਤੋਂ ਮਾਫ਼ੀ ਮੰਗਵਾਈ ਜਾਵੇ। ਜੇ ਵਾਕਈ ਤੁਹਾਨੂੰ ਸਿੱਖਾਂ ਤੋਂ ਇੱਕ ਵੀ ਵੋਟ ਚਾਹੀਦੀ, ਜਦ ਤੱਕ ਕਾਂਗਰਸ ਪਾਰਟੀ ਇਸ ਬੇਵਕੂਫ ਲੀਡਰ ਨੂੰ ਆਪਣੇ ਪਾਰਟੀ ਚੋਂ ਨਹੀਂ ਕੱਢਦੀ ਜਾਂ ਇਸ ਤੋਂ ਮਾਫ਼ੀ ਨਹੀਂ ਮੰਗਵਾਉਂਦੀ, ਤਾਂ ਉਦੋਂ ਤੱਕ ਜਿਹੜਾ ਹੈਗਾ ਇਹਦਾ ਕਾਂਗਰਸ ਪਾਰਟੀ ਦਾ ਹਰ ਸਿੱਖ ਨੂੰ ਬਾਈਕਾਟ ਕਰਨਾ ਚਾਹੀਦਾ। ਵੈਸੇ ਤਾਂ ਕਾਂਗਰਸ ਨੇ ਬਹੁਤ ਸਿੱਖ ਕੌਮ ਨੂੰ ਜ਼ਖਮ ਦਿੱਤੇ ਹੈਗੇ ਆ, ਇਹੋ ਹੀ ਰਾਜੀਵ ਗਾਂਧੀ ਹੈਗਾ ਜਿਹਨੇ ਸਿੱਖਾਂ ਦਾ ਕਤਲੇਆਮ ਕਰਾਇਆ ਪੂਰੇ ਹਿੰਦੁਸਤਾਨ ਦੇ ਵਿੱਚ, ਤੇ ਇੱਕ ਬਿਆਨ ਦਿੱਤਾ ਸੀਗਾ ਕਿ ਜਦੋਂ ਇੱਕ ਵੱਡਾ ਪੇੜ ਗਿਰਦਾ ਤਾਂ ਧਰਤੀ ਹਿਲਦੀ ਹੈਗੀ ਹੈ। ਅੱਜ ਵੀ ਉਹਦੇ ਮਰਨ ਤੋਂ ਬਾਅਦ ਵੀ ਇਹ ਉਹੀ ਲੋਕ ਹੈਗੇ ਆ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ, ਇਹ ਉਹੀ ਲੋਕ ਇਹੋ ਜਿਹੇ ਹੀ ਸਿੱਖ ਜਿਹੜੇ ਸੀਗੇ ਜਿਨ੍ਹਾਂ ਕਰਕੇ ਦਰਬਾਰ ਸਾਹਿਬ ਤੇ ਅਟੈਕ ਹੋਇਆ, ਭਾਵੇਂ ਉਹ ਅੱਜ ਉਹ ਕਾਂਗਰਸ ਚ ਹੈ, ਲੇਕਿਨ ਇਹੋ ਜਿਹੇ ਸਿੱਖ ਜਿਹੜੇ ਦੂਜੀ ਪਾਰਟੀਆਂ ਵੀ ਬਹੁਤ ਹੈ। ਹਾਲ ਹੀ ਚ ਇੱਕ ਵੀਡੀਓ ਵੀ ਫੋਟੋ ਵੀ ਆਈ ਸੀ ਜਿਹਦੇ ਵਿੱਚ ਕੁਛ ਆਗੂਆਂ ਨੇ ਆਪਣੀ ਦਸਤਾਰਾਂ ਟੇਬਲ ਦੇ ਉੱਤੇ ਰੱਖੀਆਂ ਹੋਈਆਂ ਸੀਗੀਆਂ, ਨਿਤਿਨ ਗਡਕਰੀ ਦੀ ਟੇਬਲ ਦੇ ਉੱਤੇ BJP ਦੇ ਵਿੱਚ, ਤੇ ਇਸ ਕਰਕੇ
ਅਜਿਹੇ ਘਟੀਆ ਕਿਰਦਾਰ ਵਾਲੇ ਲੋਕ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਹੋਣੇ ਚਾਹੀਦੇ, ਜਿਨ੍ਹਾਂ ਨੂੰ ਇਸ ਦਸਤਾਰ ਦਾ ਸਤਿਕਾਰ ਨਹੀਂ ਹੈਗਾ। ਮੈਂ ਹਰ ਪਾਰਟੀ ਨੂੰ ਕਹਾਂਗਾ ਜਿਹੜੇ ਸਿੱਖਾਂ ਨੂੰ ਦੀ ਦਸਤਾਰ ਦਾ ਸਤਿਕਾਰ ਕਰਦੇ ਆ, ਇਹਦੀ ਨਿਖੇਧੀ ਕਰਨ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ। ਕਾਂਗਰਸੀ ਆਗੂਆਂ ਨੂੰ ਵੀ ਮੈਂ ਕਹਾਂਗਾ ਕਿ ਇਸ ਬੇਵਕੂਫ ਬੰਦੇ ਨੂੰ ਜਿਹੜਾ ਹੈਗਾ ਜਾਂ ਤਾਂ ਉਸ ਤੋਂ ਮਾਫ਼ੀ ਮੰਗਵਾਉਣ ਜਾਂ ਫਿਰ ਉਹਨੂੰ ਆਪਣੀ ਪਾਰਟੀ ਦੇ ਵਿੱਚੋਂ ਕੱਢ ਦੇਣ, ਕਿਉਂਕਿ ਇਹ ਬਹੁਤ ਹੀ ਘਟੀਆ ਹਰਕਤ ਹੈਗੀ ਤੇ ਸਮੂਹ ਸਿੱਖਾਂ ਦੇ ਪੂਰੇ ਦੇਸ਼ ਵਿਦੇਸ਼ ਵਸਦੇ ਸਾਰੇ ਸਿੱਖਾਂ ਦੇ ਹਿਰਦੇ ਵੱਲੋਂ ਉਤਰੇ ਗਏ ਹੈਗੇ ਆ। ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਜਥੇਦਾਰਾਂ ਨੂੰ ਵੀ ਕਿ ਇਹਨੂੰ ਤਲਬ ਕਰਕੇ ਇਸ ਉੱਤੇ ਜੋ ਬਣਦੀ ਕਾਰਵਾਈ ਹੈਗੀ ਜਲਦੀ ਤੋਂ ਜਲਦੀ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।